ਹਾਂਜੀ, ਸਵਾਗਤ ਹੈ ਜੀ ਤੁਹਾਡਾ ਸਾਰਿਆਂ ਦਾ ਸਾਡੇ ਯੂਟਿਊਬ ਚੈਨਲ ਇਗਜ਼ਾਮ ਸਟੱਡੀ ਵਿਦ ਜੋਬ ਅਲਰਟ ਵਿੱਚ। ਮਾਸਟਰ ਕੇਡਰ ਹਿਸਟਰੀ ਸਬਜੈਕਟ ਜੀ ਅਗਲੇ ਪਾਰਟ ਦੇ ਅਗਲੇ ਕੁਐਸਚਨ ਲੈ ਕੇ ਆਏ ਹਾਂ। 21 ਪ੍ਰਸ਼ਨ ਨੰਬਰ ਤੱਕ ਇਹ ਤੁਹਾਨੂੰ ਪ੍ਰੋਵਾਈਡ ਕੀਤੇ ਸੀ, 22ਵਾਂ ਕੁਐਸਚਨ ਤੁਸੀਂ ਸਟਾਰਟ ਕਰਾਂਗੇ। ਇਸ ਤੋਂ ਪਹਿਲਾਂ ਜੇਕਰ ਤੁਸੀਂ ਸਾਡੇ ਚੈਨਲ 'ਤੇ ਪਹਿਲੀ ਵਾਰ ਆਏ ਹੋ ਤਾਂ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਿਓ, ਤਾਂ ਜੋ ਤੁਹਾਨੂੰ ਮਾਸਟਰ ਕੇਡਰ ਸਬਜੈਕਟ ਨਾਲ ਲੇਟੈਸਟ ਕੁਐਸਚਨ ਹੈ ਜੋ ਮਿਲਦੇ ਰਹਿਣ। ਕਿੰਨੇ ਕੁਐਸਚਨ ਤੁਹਾਡੇ ਰਾਈਟ ਜਾਂਦੇ ਹੈ ਤਾਂ ਵੀਡੀਓ 'ਚ ਕਮੈਂਟ ਜ਼ਰੂਰ ਕਰ ਦਿਆ ਕਰੋ। SST ਅਤੇ ਹਿਸਟਰੀ ਦੇ ਦੋ ਸਬਜੈਕਟ 'ਤੇ ਅਸੀਂ ਵੀਡੀਓ ਪ੍ਰੋਵਾਈਡ ਕਰ ਰਹੇ ਹਾਂ, ਕੋਸ਼ਿਸ਼ ਕਰਾਂਗੇ ਜੋ ਹਿੰਦੀ ਅਤੇ ਪੰਜਾਬੀ ਦੇ ਵੀ ਹੈ ਜੋ ਅਸੀਂ ਤੁਹਾਨੂੰ ਕੁਐਸਚਨ MCQ ਕੁਐਸਚਨ ਪ੍ਰੋਵਾਈਡ ਕਰੀਏ ਮਾਸਟਰ ਕੇਡਰ ਸਬਜੈਕਟ ਦੇ। ਤਾਂ ਸਟਾਰਟ ਕਰਦੇ ਹਾਂ ਜੀ। 22ਵਾਂ ਪ੍ਰਸ਼ਨ ਹੈ, ਇਹਨਾਂ ਵਿੱਚੋਂ ਕਿਸ ਨੂੰ ਭਾਰਤ ਦਾ ਨਪੋਲੀਅਨ ਕਿਹਾ ਜਾਂਦਾ ਹੈ? ਸਮੁੰਦਰ ਗੁਪਤ ਨੂੰ, ਚੰਦਰ ਗੁਪਤ ਪਹਿਲਾ, ਕਨਿਸ਼ਕ ਜਾਂ ਚੰਦਰ ਗੁਪਤ ਵਿਕਰਮਾਦਿੱਤਿਆ ਨੂੰ? ਭਾਰਤ ਦਾ ਨਪੋਲੀਅਨ ਕਿਸ ਨੂੰ ਕਿਹਾ ਜਾਂਦਾ ਹੈ? ਇਹਦਾ ਆਂਸਰ ਹੈ ਜੀ ਆਪਸ਼ਨ ਨੰਬਰ ਊੜਾ, ਸਮੁੰਦਰ ਗੁਪਤ ਨੂੰ ਹੈ ਜੋ ਭਾਰਤ ਦਾ ਨਪੋਲੀਅਨ ਕਿਹਾ ਜਾਂਦਾ ਹੈ। ਅਗਲਾ ਪ੍ਰਸ਼ਨ ਹੈ, ਚੀਨੀ ਯਾਤਰੀ ਫਾਹੀਜਾਨ ਕਿਸ ਸਮਰਾਟ ਦੇ ਰਾਜਕਾਲ ਸਮੇਂ ਹੈ ਜੋ ਭਾਰਤ ਆਇਆ ਸੀ? ਚੰਦਰਗੁਪਤ ਵਿਕਰਮਾਦਿੱਤ ਦੇ, ਸਮੁੰਦਰ ਗੁਪਤ ਦੇ, ਅਸ਼ੋਕ ਦੇ ਜਾਂ ਫਿਰ ਕਨਿਸ਼ਕ ਦੇ ਸਮੇਂ ਹੈ ਜੋ, ਜਾਂ ਇਹਨਾਂ ਦੇ ਰਾਜਕਾਲ ਦੇ ਸਮੇਂ ਭਾਰਤ ਆਇਆ ਸੀ ਚੀਨੀ ਯਾਤਰੀ ਫਾਹੀਜਾਨ? ਇਹਦਾ ਆਂਸਰ ਹੈ ਜੀ ਆਪਸ਼ਨ ਨੰਬਰ ਊੜਾ, ਚੰਦਰਗੁਪਤਾ ਵਿਕਰਮਾਦਿੱਤ। ਇਸ ਸਮੇਂ ਜੋ ਚੀਨੀ ਯਾਤਰੀ ਫਾਹੀਜਾਨ ਸੀਗਾ, ਇਸ ਰਾਜੇ ਦੇ ਰਾਜਕਾਲ ਸਮੇਂ ਭਾਰਤ ਆਇਆ ਸੀ। ਆਪਸ਼ਨ ਊੜਾ ਸਾਡਾ ਰਾਈਟ ਆਂਸਰ ਆਵੇਗਾ। ਅਗਲਾ ਪ੍ਰਸ਼ਨ ਹੈ ਜੀ, ਕੌਟਿਲਿਆ ਕਿਸ ਸਮਰਾਟ ਦਾ ਪ੍ਰਧਾਨ ਮੰਤਰੀ ਸੀ? ਅਸ਼ੋਕ ਦਾ, ਚੰਦਰਗੁਪਤ ਮੌਰੀਆ ਦਾ, ਜਾਂ ਚੰਦਰਗੁਪਤ ਪਹਿਲੇ ਦਾ, ਜਾਂ ਫਿਰ ਸੱਸਾ ਸਮੁੰਦਰ ਗੁਪਤ ਦਾ? ਕੌਟਿਲਿਆ ਦੱਸਣਾ ਜੀ ਕਿਸ ਸਮਰਾਟ ਦਾ ਪ੍ਰਧਾਨ ਮੰਤਰੀ ਸੀਗਾ, ਤਾਂ ਉਹ ਸੀਗਾ ਜੀ ਆਪਸ਼ਨ ਆੜਾ, ਚੰਦਰਗੁਪਤ ਮੌਰੀਆ ਦਾ ਪ੍ਰਧਾਨ ਮੰਤਰੀ ਸੀ ਕੌਟਿਲਿਆ। ਆਪਸ਼ਨ ਆੜਾ ਸਾਡਾ ਰਾਈਟ ਆਂਸਰ ਆਏਗਾ। ਅਗਲਾ ਪ੍ਰਸ਼ਨ ਹੈ, ਸਾਂਚੀ ਸਤੂਪ ਦਾ ਸੰਬੰਧ ਹੈ ਜੋ ਕਿਸ ਕਾਲ ਨਾਲ ਹੈ? ਜੋ ਸਾਂਚੀ ਦਾ ਸਤੂਪ ਹੈ, ਸਮਰਾਟ ਅਸ਼ੋਕ ਦੇ ਕਾਲ ਨਾਲ, ਜਾਂ ਕਨਿਸ਼ਕ ਦੇ ਕਾਲ ਨਾਲ, ਜਾਂ ਸਮਰਾਟ ਹਰਸ਼ਵਰਧਨ ਦੇ ਕਾਲ ਨਾਲ, ਜਾਂ ਇਹਨਾਂ ਵਿੱਚੋਂ ਕੋਈ ਵੀ ਨਹੀਂ? ਸਾਂਚੀ ਦਾ ਸਤੂਪ, ਇਹਦਾ ਸੰਬੰਧ ਕਿਸ ਰਾਜੇ ਦੇ ਕਾਲ ਨਾਲ ਹੈ? ਤਾਂ ਉਹ ਹੈ ਜੀ ਆਪਸ਼ਨ ਊੜਾ, ਸਮਰਾਟ ਅਸ਼ੋਕ ਦੇ ਕਾਲ ਨਾਲ ਇਸ ਸਾਂਚੀ ਦੇ ਸਤੂਪ ਦਾ ਸੰਬੰਧ ਹੈ। ਅਗਲਾ ਪ੍ਰਸ਼ਨ ਹੈ ਜੀ, ਸਮੁੰਦਰਗੁਪਤ ਦੇ ਰਾਜਕਾਲ ਵਿੱਚ ਇਲਾਹਾਬਾਦ ਦੇ ਸਤੰਭ ਦਾ ਲੇਖਕ ਕੌਣ ਸੀਗਾ? ਹਰੀਸੇਨ, ਅਸਭ ਘੋਸ਼, ਬਾਨਭੱਟ, ਜਾਂ ਇਹਨਾਂ ਵਿੱਚੋਂ ਕੋਈ ਵੀ ਨਹੀਂ? ਸਮੁੰਦਰਗੁਪਤ ਦੇ ਰਾਜਕਾਲ ਦੇ ਸਮੇਂ ਦੀ ਗੱਲ ਕਰ ਰਿਹਾ ਹੈ, ਜੋ ਇਲਾਹਾਬਾਦ ਦਾ ਸਤੰਭ ਸੀਗਾ ਉਹਦਾ ਲੇਖਕ ਕੌਣ ਸੀਗਾ, ਇਹ ਦੱਸਣਾ ਹੈ। ਤਾਂ ਉਹ ਸੀਗਾ ਜੀ ਆਪਸ਼ਨ ਊੜਾ, ਹਰੀਸੇਨ ਸੀਗਾ ਇਲਾਹਾਬਾਦ ਦੇ ਸਤੰਭ ਦਾ ਲੇਖਕ ਸਮੁੰਦਰਗੁਪਤ ਦੇ ਰਾਜਕਾਲ ਦੇ ਸਮੇਂ। ਅਗਲਾ ਪ੍ਰਸ਼ਨ ਹੈ ਜੀ, ਰਾਜ ਰਾਜੇਸ਼ਵਰ ਦੇ ਮੰਦਰ ਦਾ ਨਿਰਮਾਣ ਕਿਸ ਰਾਜੇ ਨੇ ਕੀਤਾ ਸੀਗਾ? ਜੋ ਰਾਜ ਰਾਜੇਸ਼ਵਰ ਹੈ ਜਾਂ ਰਾਜਾ ਰਾਜੇਸ਼ਵਰ, ਇਸ ਮੰਦਰ ਦਾ ਨਿਰਮਾਣ ਕਿਸ ਰਾਜੇ ਨੇ ਕੀਤਾ ਸੀ? ਰਾਜਾ ਰਾਜ ਪਹਿਲੇ ਨੇ, ਹਰੀਹਰ ਪਹਿਲੇ ਨੇ, ਕ੍ਰਿਸ਼ਨ ਦੇਵ ਰਾਏ ਨੇ, ਜਾਂ ਫਿਰ ਕੁਲਟੰਗਾ ਪਹਿਲੇ ਨੇ? ਇਹਦਾ ਆਂਸਰ ਹੈ ਜੀ ਆਪਸ਼ਨ ਊੜਾ, ਰਾਜਾ ਰਾਜ ਪਹਿਲੇ ਨੇ ਜੋ ਰਾਜੇਸ਼ਵਰ ਮੰਦਰ ਦਾ ਨਿਰਮਾਣ ਕੀਤਾ ਸੀਗਾ। ਅਗਲਾ ਪ੍ਰਸ਼ਨ ਹੈ ਜੀ, ਕੀਰਤੀ ਸਤੰਭ ਦਾ ਨਿਰਮਾਣ ਕਿਸ ਸਦੀ ਵਿੱਚ ਹੋਇਆ ਸੀ? 15ਵੀਂ ਸਦੀ, 16ਵੀਂ, 12ਵੀਂ, ਜਾਂ ਫਿਰ 13ਵੀਂ ਸਦੀ ਵਿੱਚ? ਜੋ ਚਿਤੌੜਗੜ੍ਹ ਦਾ ਨਿਰਮਾਣ ਹੈ ਜਾਂ ਕੀਰਤੀ ਸਤੰਭ ਜੋ ਚਿਤੌੜਗੜ੍ਹ ਵਿਖੇ ਹੈ, ਇਸ ਦਾ ਨਿਰਮਾਣ ਕਿਹੜੀ ਸਦੀ ਵਿੱਚ ਹੋਇਆ ਸੀ, ਇਹ ਦੱਸਣਾ ਹੈ। ਤਾਂ ਇਹ ਹੋਇਆ ਸੀਗਾ ਜੀ ਆਪਸ਼ਨ ED 12ਵੀਂ ਸਦੀ ਵਿੱਚ ਹੈ ਜੋ ਕੀਰਤੀ ਸਤੰਭ ਜੋ ਚਿਤੌੜਗੜ੍ਹ ਵਿਖੇ ਹੈ, ਇਸਦਾ ਨਿਰਮਾਣ ਹੋਇਆ ਸੀ। ਆਪਸ਼ਨ ED ਸਾਡਾ ਆਂਸਰ ਆਏਗਾ। ਗੁਪਤ ਵੰਸ਼ ਦੀ ਸਥਾਪਨਾ ਕਿਸਨੇ ਕੀਤੀ ਸੀ? ਸਮੁੰਦਰ ਗੁਪਤ ਨੇ, ਕੁਮਾਰ ਗੁਪਤ ਨੇ, ਸ੍ਰੀ ਗੁਪਤ ਨੇ, ਜਾਂ ਫਿਰ ਚੰਦਰ ਗੁਪਤ ਨੇ? ਗੁਪਤ ਵੰਸ਼ ਦੀ ਸਥਾਪਨਾ ਪੁੱਛਿਆ ਗਿਆ ਹੈ।
तय की थी जी चंद्र गुप्त ने, गौतम वंश की स्थापना की थी सी। सस्ता साडा राइट आंसर आएगा। अकबर ने इन्हां विचों किस पक्षपाती टैक्स का खात्मा किया? जगत का, खनिज का, जजिए का, या फिर चौथ का? किहड़ा टैक्स सीगा जो अकबर द्वारा खत्म किया गया सीगा अकबर राजे द्वारा? तां उह सीगा जी ऑप्शन ई डी, जजिया कर जो अकबर ने खत्म किया सीगा। ऑप्शन ई डी साडा राइट आंसर आएगा। जैन धर्म के मोढ़ी महावीर का जन्म कित्थे होया सी? लुंबिनी विखे, कुंडग्राम विखे, पावाग्राम विखे, या फिर कुशीन नगर विच? महावीर का जन्म दसना जी कित्थे होया सीगा जिहड़े जैन धर्म के मोढ़ी सी? तो इहदा आंसर है जी ऑप्शन आड़ा, कुंडग्राम विखे है जो जैन धर्म के मोढ़ी महावीर का जन्म होया सी। वैष्णव भगती लहर का मोढ़ी कौन सीगा? भगत कबीर, शंकराचार्य, रामानुज, या इन्हां विच्चों कोई भी नहीं? वैष्णव भगती लहर का मोढ़ी पूछा गया जी, तो सीगा जी ऑप्शन ई डी रामानुज, जो वैष्णव भगती लहर का मोढ़ी सी। ऑप्शन ई डी साडा सही आंसर आएगा। 33वां प्रश्न है जी, रामानुज ने किस दी भगती ते जोर दिता सी? कृष्ण भगती ते, विष्णु दी भगती ते, शिव दी भगती ते, या फिर राम दी भगती ते? रामानुज बारे पूछे गए जी किस दी भगती ते इन्होंने जो जोर दिता सीगा? रामानुज सी जिहड़े वैष्णव भगती लहर दे मोढ़ी सीगे, इन्होंने किस दी भगती ते जोर दिता सी? तां उह दिता सी जी विष्णु दी भगती ते। ऑप्शन आड़ा साडा राइट आंसर आएगा। अगला प्रश्न है जी, भारत के चौहान कोनिया यानी कि चारा कोनिया ते मठा का निर्माण किसने किया सी? शंकराचार्य ने, रामानुज ने, वासवराज ने, या फिर गोरखनाथ ने? जो भारत के चौहान कोनिया विच मठा का निर्माण पूछा गया है, तां किया सीगा जी शंकराचार्य ने। भारत के चौहान कोनिया ते मठा का निर्माण शंकराचार्य जी ने किया सी। ऑप्शन उड़ा साडा राइट आंसर आएगा। अगला जी, ऋग्वेद में कुल किन्ने शब्द हैं? 1120, 1018, 1020, या फिर 1028? ऋग्वेद जो ग्रंथ है ये दसना जी कुल किन्ने शब्द ने, तो ने जी 1028 शब्द ने ऋग्वेद में कुल पूछा गया है। सस्ता साडा राइट आंसर आएगा। अगला प्रश्न है जी, किहड़ा मंदिर सूरज देवते रथ की शक्ल में बनाया गया है? द्वारकापुरी मंदिर, मीनाक्षी मंदिर, कोणार्क मंदिर, या बृहदेश्वर मंदिर? तो ये बनाया गया जी ऑप्शन ई डी कोणार्क मंदिर है जो सूरज देवते दे रथ की शक्ल में बनाया गया है मंदिर। ऑप्शन ई डी कोणार्क का मंदिर। इन्हां विचों किहड़ा जोड़ा सही नहीं है? बंगाल चैतन्या, महाराष्ट्र तुकाराम, पंजाब गुरु नानक, राजस्थान रामानंद? किहड़ा जोड़ा है जो सही नहीं है ये पूछा गया है। जिवें कि पंजाब तो गुरु नानक देव जी ने, तो यह सही है। महाराष्ट्र तुकाराम, बंगाल चैतन्या, तो यह जो सही नहीं है वो दसना है जी, तो वह आएगा सस्सा राजस्थान तो रामानंद। ये कथन यानी कि ये जोड़ा सही नहीं है, बाकी दे तीनों जोड़े है जो सही ने। अगला है जी, भगत एकनाथ और तुकाराम का संबंध किस काल नाल सी? तो वह सीगा जी महाराष्ट्र नाल संबंध सीगा, भगत एकनाथ और तुकाराम का संबंध तां महाराष्ट्र नाल सी। ऑप्शन आड़ा साडा आंसर आएगा। चित्तौड़गढ़ का किला भारत के किस प्रांत विच है? गुजरात, राजस्थान, उत्तर प्रदेश, या मध्य प्रदेश? जो चित्तौड़गढ़ का किला है तां भारत के किहड़े प्रांत विच पैंदा हो ये दसना जी।
ਤੇ ਇਹਦਾ ਆਂਸਰ ਆਏਗਾ ਜੀ ਆੜਾ, ਰਾਜਸਥਾਨ। ਚਿਤੌੜਗੜ੍ਹ ਦਾ ਕਿਲ੍ਹਾ ਹੈ ਜੋ ਰਾਜਸਥਾਨ ਦੇ ਰਾਜਸਥਾਨ ਵਿੱਚ ਪੈਂਦਾ ਹੈ, ਜੋ ਭਾਰਤ ਦਾ ਇੱਕ ਪ੍ਰਾਂਤ ਹੈ। ਅਗਲਾ ਜੀ ਵਿਜੇ ਸਤੰਭ ਵਿਕਟਰੀ ਟਾਵਰ ਦਾ ਨਿਰਮਾਣ ਕਿਸਨੇ ਕਰਵਾਇਆ ਸੀ? ਰਾਣਾ ਖੁੰਭਾ ਨੇ, ਰਾਣਾ ਪ੍ਰਤਾਪ ਨੇ, ਰਾਣਾ ਸਾਂਗਾ ਨੇ, ਜਾਂ ਇਹਨਾਂ ਵਿੱਚੋਂ ਕੋਈ ਵੀ ਨਹੀਂ। ਵਿਜੇ ਸਤੰਭ ਦਾ ਨਿਰਮਾਣ ਕਿਸਨੇ ਕਰਵਾਇਆ ਸੀਗਾ? ਤਾਂ ਇਹ ਕਰਵਾਇਆ ਸੀਗਾ ਜੀ ਰਾਣਾ ਖੁੰਭਾ ਨੇ। ਵਿਜੇ ਸਤੰਭ ਦਾ ਨਿਰਮਾਣ ਆਪਸ਼ਨ ਊੜਾ ਸਾਡਾ ਰਾਈਟ ਆਨਸਰ ਆਵੇਗਾ। ਅਗਲਾ ਪ੍ਰਸ਼ਨ ਹੈ ਜੀ ਮਹਾਤਮਾ ਬੁੱਧ ਦਾ ਗਿਆਨ ਪ੍ਰਾਪਤੀ ਤੋਂ ਪਹਿਲਾਂ ਦਾ ਨਾਂ ਕੀ ਸੀਗਾ? ਮਹਾਤਮਾ ਬੁੱਧ ਜੀ ਨੂੰ ਗਿਆਨ ਪ੍ਰਾਪਤ ਹੋਣ ਤੋਂ ਪਹਿਲਾਂ ਉਹਨਾਂ ਦਾ ਨਾਮ ਦੱਸਣਾ ਕੀ ਸੀਗਾ? ਸਿਧਾਰਥ, ਸਤਨੰਦਨ, ਰਾਹੁਲ, ਜਾਂ ਵਰਧਮਾਨ? ਤਾਂ ਇਹਨਾਂ ਦਾ ਨਾਮ ਸੀਗਾ ਜੀ ਆਪਸ਼ਨ ਊੜਾ ਸਿਧਾਰਥ। ਮਹਾਤਮਾ ਬੁੱਧ ਨੂੰ ਜੋ ਗਿਆਨ ਦੀ ਪ੍ਰਾਪਤੀ ਹੋਈ ਸੀ ਉਸ ਤੋਂ ਪਹਿਲਾਂ ਦਾ ਨਾਮ ਸਿਧਾਰਥ ਸੀਗਾ ਮਹਾਤਮਾ ਬੁੱਧ ਦਾ। ਆਪਸ਼ਨ ਊੜਾ ਸਾਡਾ ਰਾਈਟ ਆਨਸਰ ਆਵੇਗਾ। ਸੋ ਦੋਸਤੋ, ਇਹ ਅਗਲੇ ਪਾਠ ਦੇ ਮਾਸਟਰ ਕੇਡਰ ਹਿਸਟਰੀ ਸਬਜੈਕਟ ਦੇ ਹੈ ਜੋ ਪ੍ਰਸ਼ਨ ਸੀਗੇ MCQ। ਵੀਡੀਓ ਕਿੱਦਾਂ ਹੀ ਲੱਗੀ ਲਾਈਕ ਕਮੈਂਟ ਅਤੇ ਅੱਗੇ ਸ਼ੇਅਰ ਜ਼ਰੂਰ ਕਰ ਦਿਓ। ਬਾਕੀ ਦੇ ਪਾਠ ਤੁਸੀਂ ਸਾਡੇ ਚੈਨਲ ਦੀ ਪਲੇਲਿਸਟ ਵਿੱਚ ਜਾ ਕੇ ਦੇਖ ਸਕਦੇ ਹੋ। ਸੋ ਮਿਲਦੇ ਹਾਂ ਜੀ ਅਗਲੇ ਨਵੇਂ MCQ ਕੁਐਸਚਨਾਂ ਨਾਲ। ਉਦੋਂ ਤੱਕ ਲਈ ਧੰਨਵਾਦ ਜੀ।